ਤਰਨਤਾਰਨ ਦੇ ਵਿੱਚ 3 ਸਾਲਾਂ ਦਾ ਬੱਚਾ ਹੋਇਆ ਗਵਾ। ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਛੋਟਾ ਜਿਹਾ ਬੱਚਾ ਗੁਰਸੇਵਕ ਸਿੰਘ ਤੇ ਉਸ ਦਾ ਪਿਤਾ ਅੰਗਰੇਜ਼ ਸਿੰਘ ਆਪਣੇ ਮੋਟਰਸਾਈਕਲ ਤੇ ਪਿੰਡ ਮੁੜਕੇ ਫੋਨ ਤੇ ਮੁੜਕੇ ਦਾ ਬੱਚਾ ਖੋਲਿਆ ਮੇਰਾ ਦੇਸੀਆਂ ਦੇ ਗੁਰਦੁਆਰਾ ਸੇਵਕਪੁਰੀ ਸਾਹਿਬ ਮੱਥਾ ਟੇਕਣ ਲਈ ਗਏ ਸਨ। ਐ ਬੱਚਾ ਮਿਲਣਾ ਚਾਹੀਦਾ ਸਾਨੂੰ, ਮੈਂ ਇਹੀ ਬੱਚਾ ਲਿਆ ਸੀ। ਉਹਨਾਂ ਤਰਸ ਦੱਸ ਕੇ ਹੀ ਮਿਲਿਆ ਕਿਤੇ ਨਾ ਗੋਟੇ ਲੰਘਣ ਲੰਘਣਗੇ। ਅਸੀਂ ਹੁਣ ਕੀ ਕਰਾਂਗੇ ਬੱਚੇ ਤੋਂ ਬਗੈਰ, ਸਾਡਾ ਗਰਾਹ ਤਾਂ ਇੱਥੇ ਹੀ ਬੈਠੇ ਆ। ਕਿਤੇ ਅੰਦਰ ਵੱਲ ਨੂੰ ਜੀ ਜੀ ਕਰਦਾ, ਕਿਤੇ ਪਿਓ ਦਾ ਹੀ ਰੋ ਰੋ ਕੇ ਬੁਰਾ ਲਿਆ ਪਿਆ। ਤੇ ਵਾਪਸ ਆਉਂਦੇ ਸਮੇਂ ਕਾਰ ਦੇ ਸਵਾਰ ਕੁਝ ਵਿਅਕਤੀਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਉਹਨਾਂ ਨੇ ਦੋਵੇਂ ਪਿਓ ਪੁੱਤ ਨੂੰ ਘੇਰ ਲਿਆ ਤੇ ਪਹਿਲਾਂ ਫੋਨ ਤੇ ਪੈਸੇ ਖੋ ਲਏ, ਫਿਰ ਬੱਚੇ ਨੂੰ ਅਗਵਾ ਕਰ ਲਿਆ। ਰਾਤ 8 ਵਜੇ ਦੇ ਕਰੀਬ ਵਾਪਰੀ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ, ਜ਼ਿਲ੍ਹਾ ਪੁਲਿਸ ਤੋਂ ਇਹ ਮੰਗ ਕੀਤੀ ਆ ਕਿ ਉਸ ਦੇ ਪੁੱਤਰ ਦੀ ਭਾਲ ਕੀਤੀ ਜਾਵੇ। ਪਰਿਵਾਰ ਨੇ ਇਹ ਨੰਬਰ ਵੀ ਸੰਪਰਕ ਕੀਤਾ ਹੈ ਕਿ ਜੇ ਕਿਸੇ ਨੂੰ ਵੀ ਜਾਣਕਾਰੀ ਮਿਲਦੀ ਆ ਤਾਂ ਇਸ ਪਰਿਵਾਰ ਤੱਕ ਫੋਨ ਕੀਤਾ ਜਾਵੇ ਤੇ ਜੋ ਬੱਚੇ ਦਾ ਪਤਾ ਲਗਾਇਆ ਜਾਵੇ। ਪਲੀਸ ਮਦਦ ਕਰਨੀ ਵੀ, ਕਿਸੇ ਨੇ ਵੀ ਇਸ ਬੱਚੇ ਨੂੰ ਦੇਖਿਆ ਹੋਵੇ ਜਾਂ ਕੋਈ ਖਬਰ ਸੁਣੀ ਤਾਂ ਪਰਿਵਾਰ ਤੱਕ ਜ਼ਰੂਰ ਖਬਰ ਪਹੁੰਚਾਉਣੀ। ਬਹੁਤ ਧੰਨਵਾਦ ਹੋਵੇਗਾ ਜੀ। ਪਰਿਵਾਰ ਦਾ ਇਹ ਹਾਲ ਦੇਖ ਨਹੀਂ ਹੁੰਦਾ, ਹਜੇ ਨਹੀਂ ਕੋਈ ਪਤਾ ਲੱਗਦਾ। ਸਾਰੇ ਫੋਨਾਂ ਦੇ ਉੱਤੇ ਵੀ ਕਮਾਤਾ ਵਾ, ਪਰ ਨਹੀਂ ਹਜੇ ਨਹੀਂ ਪਤਾ ਲੱਗਦਾ। ਹਾਂ, ਕਿਵੇਂ ਰੋ ਰੋ ਕੇ ਸੁੱਖਾਂ ਸੁੱਖ ਸੁੱਖ ਕੇ ਪੁੱਤਰ ਦੀ ਦਾਤ ਲਈ ਸੀ ਤੇ ਇਹ ਪੁੱਤਰ ਨੂੰ ਗਵਾ ਬੈਠੇ ਆ। ਪੀੜਤ ਪਰਿਵਾਰ ਦਾ ਨੰਬਰ ਤੁਸੀਂ ਨੋਟ ਕਰ ਲਓ, 97790208116 9779020186 ਇਹ ਪਰਿਵਾਰ ਦਾ ਨੰਬਰ ਹੈ ਜੀ। ਕਿਸੇ ਨੂੰ ਵੀ ਕੋਈ ਪਤਾ ਲੱਗਦਾ, ਕੋਈ ਜਾਣਕਾਰੀ ਮਿਲਦੀ ਹੈ ਤਾਂ ਪਰਿਵਾਰ ਤੱਕ ਜ਼ਰੂਰ ਸੰਪਰਕ ਕਰਿਓ ਜੀ। ਪਲੀਜ਼, ਤੁਹਾਡਾ ਬਹੁਤ ਭਲਾ ਹੋਵੇਗਾ। ਇਹ ਵੀਡੀਓ ਬਣਾਉਣ ਦਾ ਇਹੀ ਮਕਸਦ ਸੀਗਾ ਕਿ ਇਸ ਬੱਚੇ ਦੀ ਭਾਲ ਕਰਨ ਦੇ ਵਿੱਚ ਆਪਾਂ ਵੀ ਯੋਗਦਾਨ ਪਾ ਸਕੀਏ ਕਿ ਬੱਚਾ ਲੱਭ ਜਾਵੇ। ਆਪਾਂ ਸਾਰੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਕਿ ਬੱਚਾ ਛੇਤੀ ਤੋਂ ਛੇਤੀ ਮਿਲ ਜਾਵੇ। ਵਾਹਿਗੁਰੂ ਕਿਰਪਾ ਕਰੇ। ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਰੱਬ ਰਾਖਾ।